ਅੰਮ੍ਰਿਤਸਰ ਅੱਜ ਕੈਂਪ ਲਾਇਆ ਕਾਰਪੁਰ ਪਿੰਡ ਦੇ ਵਿੱਚ, ਕੀ ਕੁਛ ਸਹੂਲਤਾਂ ਪਿੰਡਾਂ ਨੂੰ ਦਿੱਤੀਆਂ? ਛੋਟੇ ਮੇਰੇ ਜਿਹੜਾ ਅੱਜ ਆਪਕੀ ਸਰਕਾਰ ਆਪਕੇ ਦਰਬਾਰ ਜਿਹੜਾ ਕੈਂਪ ਲੱਗਿਆ ਜਾਂ ਆਪਕਾ MLA ਆਪਕੇ ਦਰਬਾਰ, ਇਹ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਮਾਗ ਦੀ ਕਾਢ ਹੈ। ਅੱਜ ਮੈਨੂੰ ਇਸ ਗੱਲ ਦੱਸਦਿਆਂ ਤੁਹਾਡੇ ਚੈਨਲ 'ਤੇ ਖੁਸ਼ੀ ਹੁੰਦੀ ਹੈ ਕਿ ਮੇਰੇ ਹਲਕੇ ਦੇ ਵਿੱਚ ਲਗਭਗ 180 ਕੈਂਪ ਹੁਣ ਤੱਕ 2.5 ਸਾਲਾਂ 'ਚ ਲੱਗੇ। ਅੱਜ ਬਾਰਿਸ਼ ਕਰਕੇ ਕਾਫੀ ਥੋੜ੍ਹਾ ਜਿਹਾ ਇੱਥੇ ਸਾਡਾ ਬਾਹਰ ਤਾਮ ਜਾਮ ਜਿਹਾ ਗਿੱਲਾ ਹੋ ਗਿਆ, ਲੇਕਿਨ ਹਲਕੇ ਦੇ ਲੋਕਾਂ ਨੇ ਭਰਪੂਰ ਇਹਦਾ ਲਾਹਾ ਲਿਆ। ਔਰ ਮੈਂ ਜਿਹੜੇ ਪਿੰਡ ਵੀ ਗਿਆ, 200, 400, 500, 800, 1000 ਬੰਦੇ ਦੀ ਗੈਦਰਿੰਗ ਦੇ ਵਿੱਚ ਲੋਕਾਂ ਨੇ ਆ ਕੇ ਆਪਣੇ ਆਧਾਰ ਕਾਰਡ, ਜਿਹੜੀਆਂ ਤਰਤਾ ਸਕੀਮਾਂ ਦੱਸੀਆਂ ਸੀ ਮਾਨ ਸਾਹਿਬ ਨੇ, ਉਹ ਸਾਰੀਆਂ ਹੀ ਆ ਕੇ ਗਰਾਊਂਡ ਲੈਵਲ ਦੇ ਪਿੰਡਾਂ 'ਚ ਆ ਕੇ, ਪਿੰਡਾਂ ਦੇ ਸੱਥਾਂ 'ਚ ਆ ਕੇ, ਸੱਥਾਂ 'ਚ ਬੈਠ ਕੇ ਜਾ ਕੇ ਕੈਂਪ ਲਾਏ ਜਾਂਦੇ ਨੇ ਔਰ ਇਹਦੇ ਰਿਜ਼ਲਟ ਬਹੁਤ ਵਧੀਆ ਨਿਕਲਿਆ। ਮੇਰੇ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਲੋਕ ਸੀ, ਆਮ ਤੌਰ 'ਤੇ ਤਹਿਸੀਲਾਂ 'ਚ ਜਾਂ BDO ਦਫ਼ਤਰ ਜਾਂ ਤੁਹਾਡੇ ਹੋਸਪਿਟਲਾਂ 'ਚ ਧੱਕੇ ਖਾਂਦੇ ਖੱਜਲ ਖਰਾਬ ਹੁੰਦੇ ਸੀ, ਅੱਜ ਉਹੀ ਡਾਕਟਰ, ਉਹੀ BDO, ਉਹੀ SDM, ਉਹੀ ਤਹਿਸੀਲਦਾਰ ਅੱਜ ਪਿੰਡਾਂ 'ਚ ਆ ਕੇ ਲੋਕਾਂ ਦੇ ਕੰਮ ਕਰ ਰਹੇ ਨੇ। ਇਸ ਗੱਲ ਦੀ ਮੈਨੂੰ ਖੁਸ਼ੀ ਵੀ ਹੈ, ਮੈਂ ਧੰਨਵਾਦ ਵੀ ਕਰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿ ਉਹ ਬਿਜ਼ਨੀ ਇਨਸਾਨ ਨੇ ਪੰਜਾਬ ਦੇ ਲੋਕਾਂ ਵਾਸਤੇ ਜਿਹੜੀ ਸਹੂਲਤ ਦਿੱਤੀ ਹੈ। ਇਹਦੇ ਲਈ ਮੇਰਾ ਸਭ ਤੋਂ ਵੱਧ No. 1 ਤੇ ਡੇਰਾ ਬਸੀ ਹਲਕਾ ਜਿਹਦੇ 'ਚ 180 ਪਲੱਸ ਕੈਂਪ ਲੱਗੇ, ਇਸ ਗੱਲ ਦੀ ਮੈਨੂੰ ਖੁਸ਼ੀ ਹੈ। ਉਹਦੇ 'ਚ ਮੈਂ ਦੱਸ ਦਿੰਦਾ ਮੇਰੀ ਜਿਹੜੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਹੈ, ਨਵੇਂ ਪੁਰਾਣੇ, ਕਦੀ ਸੀ 5-7 ਕੁ ਬੰਦੇ ਆਏ ਸੀਗੇ ਝਾੜੂ ਵਾਲੇ, ਹੁਣ ਤਾਂ ਬਾਬੇ ਦੀ ਕਿਰਪਾ ਵੀ ਮੇਲੇ ਲੱਗਿਆ ਪਿਆ, ਜਿੱਧਰ ਮਰਜ਼ੀ ਦੇਖੋ ਝਾੜੂ 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 ਹੋਈ ਪਈ ਆ। ਆਹ ਹਰਿਆਣੇ 'ਚ ਵੀ ਝਾੜੂ ਝਾੜੂ ਕਰਾਉਣਗੇ ਸਾਰੇ ਸਾਥੀ ਜਾ ਕੇ। ਔਰ ਤੁਹਾਡੇ ਚੈਨਲ ਦਾ ਧੰਨਵਾਦ ਹੈ ਕਿ ਤੁਸੀਂ ਹਰ ਜਗ੍ਹਾ ਸਾਡੇ ਜਿਹੜੇ ਕੈਂਪ ਲੱਗੇ ਆ ਉਹਦੀ ਵਧੀਆ ਕਵਰੇਜ ਕਰਕੇ ਪੰਜਾਬ ਦੇ ਲੋਕਾਂ ਨੂੰ ਭੇਜੀ ਆ ਡੇਰਾ ਬਸੀ ਹਲਕੇ ਦੇ। ਅੰਮ੍ਰਿਤਸਰ ਅੱਜ ਕੈਂਪ ਲਾਇਆ ਕਾਰਪੁਰ ਪਿੰਡ ਦੇ ਵਿੱਚ, ਕੀ ਕੁਛ ਸਹੂਲਤਾਂ ਪਿੰਡਾਂ ਨੂੰ ਦਿੱਤੀਆਂ? ਛੋਟੇ ਮੇਰੇ ਜਿਹੜਾ ਅੱਜ ਆਪਕੀ ਸਰਕਾਰ ਆਪਕੇ ਦਰਬਾਰ ਜਿਹੜਾ ਕੈਂਪ ਲੱਗਿਆ ਜਾਂ ਆਪਕਾ MLA ਆਪਕੇ ਦਰਬਾਰ, ਇਹ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਮਾਗ ਦੀ ਕਾਢ ਹੈ। ਅੱਜ ਮੈਨੂੰ ਇਸ ਗੱਲ ਦੱਸਦਿਆਂ ਤੁਹਾਡੇ ਚੈਨਲ 'ਤੇ ਖੁਸ਼ੀ ਹੁੰਦੀ ਹੈ ਕਿ ਮੇਰੇ ਹਲਕੇ ਦੇ ਵਿੱਚ ਲਗਭਗ 180 ਕੈਂਪ ਹੁਣ ਤੱਕ 2.5 ਸਾਲਾਂ 'ਚ ਲੱਗੇ। ਅੱਜ ਬਾਰਿਸ਼ ਕਰਕੇ ਕਾਫੀ ਥੋੜ੍ਹਾ ਜਿਹਾ ਇੱਥੇ ਸਾਡਾ ਬਾਹਰ ਤਾਮ ਜਾਮ ਜਿਹਾ ਗਿੱਲਾ ਹੋ ਗਿਆ, ਲੇਕਿਨ ਹਲਕੇ ਦੇ ਲੋਕਾਂ ਨੇ ਭਰਪੂਰ ਇਹਦਾ ਲਾਹਾ ਲਿਆ। ਔਰ ਮੈਂ ਜਿਹੜੇ ਪਿੰਡ ਵੀ ਗਿਆ, 200, 400, 500, 800, 1000 ਬੰਦੇ ਦੀ ਗੈਦਰਿੰਗ ਦੇ ਵਿੱਚ ਲੋਕਾਂ ਨੇ ਆ ਕੇ ਆਪਣੇ ਆਧਾਰ ਕਾਰਡ, ਜਿਹੜੀਆਂ ਤਰਤਾ ਸਕੀਮਾਂ ਦੱਸੀਆਂ ਸੀ ਮਾਨ ਸਾਹਿਬ ਨੇ, ਉਹ ਸਾਰੀਆਂ ਹੀ ਆ ਕੇ ਗਰਾਊਂਡ ਲੈਵਲ ਦੇ ਪਿੰਡਾਂ 'ਚ ਆ ਕੇ, ਪਿੰਡਾਂ ਦੇ ਸੱਥਾਂ 'ਚ ਆ ਕੇ, ਸੱਥਾਂ 'ਚ ਬੈਠ ਕੇ ਜਾ ਕੇ ਕੈਂਪ ਲਾਏ ਜਾਂਦੇ ਨੇ ਔਰ ਇਹਦੇ ਰਿਜ਼ਲਟ ਬਹੁਤ ਵਧੀਆ ਨਿਕਲਿਆ। ਮੇਰੇ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਲੋਕ ਸੀ, ਆਮ ਤੌਰ 'ਤੇ ਤਹਿਸੀਲਾਂ 'ਚ ਜਾਂ BDO ਦਫ਼ਤਰ ਜਾਂ ਤੁਹਾਡੇ ਹੋਸਪਿਟਲਾਂ 'ਚ ਧੱਕੇ ਖਾਂਦੇ ਖੱਜਲ ਖਰਾਬ ਹੁੰਦੇ ਸੀ, ਅੱਜ ਉਹੀ ਡਾਕਟਰ, ਉਹੀ BDO, ਉਹੀ SDM, ਉਹੀ ਤਹਿਸੀਲਦਾਰ ਅੱਜ ਪਿੰਡਾਂ 'ਚ ਆ ਕੇ ਲੋਕਾਂ ਦੇ ਕੰਮ ਕਰ ਰਹੇ ਨੇ। ਇਸ ਗੱਲ ਦੀ ਮੈਨੂੰ ਖੁਸ਼ੀ ਵੀ ਹੈ, ਮੈਂ ਧੰਨਵਾਦ ਵੀ ਕਰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿ ਉਹ ਬਿਜ਼ਨੀ ਇਨਸਾਨ ਨੇ ਪੰਜਾਬ ਦੇ ਲੋਕਾਂ ਵਾਸਤੇ ਜਿਹੜੀ ਸਹੂਲਤ ਦਿੱਤੀ ਹੈ। ਇਹਦੇ ਲਈ ਮੇਰਾ ਸਭ ਤੋਂ ਵੱਧ No. 1 ਤੇ ਡੇਰਾ ਬਸੀ ਹਲਕਾ ਜਿਹਦੇ 'ਚ 180 ਪਲੱਸ ਕੈਂਪ ਲੱਗੇ, ਇਸ ਗੱਲ ਦੀ ਮੈਨੂੰ ਖੁਸ਼ੀ ਹੈ। ਉਹਦੇ 'ਚ ਮੈਂ ਦੱਸ ਦਿੰਦਾ ਮੇਰੀ ਜਿਹੜੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਹੈ, ਨਵੇਂ ਪੁਰਾਣੇ, ਕਦੀ ਸੀ 5-7 ਕੁ ਬੰਦੇ ਆਏ ਸੀਗੇ ਝਾੜੂ ਵਾਲੇ, ਹੁਣ ਤਾਂ ਬਾਬੇ ਦੀ ਕਿਰਪਾ ਵੀ ਮੇਲੇ ਲੱਗਿਆ ਪਿਆ, ਜਿੱਧਰ ਮਰਜ਼ੀ ਦੇਖੋ ਝਾੜੂ 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 ਹੋਈ ਪਈ ਆ। ਆਹ ਹਰਿਆਣੇ 'ਚ ਵੀ ਝਾੜੂ ਝਾੜੂ ਕਰਾਉਣਗੇ ਸਾਰੇ ਸਾਥੀ ਜਾ ਕੇ। ਔਰ ਤੁਹਾਡੇ ਚੈਨਲ ਦਾ ਧੰਨਵਾਦ ਹੈ ਕਿ ਤੁਸੀਂ ਹਰ ਜਗ੍ਹਾ ਸਾਡੇ ਜਿਹੜੇ ਕੈਂਪ ਲੱਗੇ ਆ ਉਹਦੀ ਵਧੀਆ ਕਵਰੇਜ ਕਰਕੇ ਪੰਜਾਬ ਦੇ ਲੋਕਾਂ ਨੂੰ ਭੇਜੀ ਆ ਡੇਰਾ ਬਸੀ ਹਲਕੇ ਦੇ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और व्हाट्सएप चैनल पर।